ਪਿਛਲੇ ਦਿਨੀ ਨੇਹਾ ਨਾਮ ਦੀ ਇੱਕ ਲੜਕੀ ਦੇ ਵੱਲੋਂ ਆਪਣੇ ਪਤੀ ਤੇ ਆਰੋਪ ਲਗਾਏ ਗਏ ਸੀ ਕਿ ਉਸਨੇ ਬਾਜ਼ਾਰ ਦੇ ਵਿੱਚ ਉਸਦੀ ਕੁੱਟਮਾਰ ਕੀਤੀ, ਉਸਦੀ ਇੱਜ਼ਤ ਦਾ ਅਪਮਾਨ ਕੀਤਾ ਔਰ ਉਸਦੇ ਕੱਪੜੇ ਪਾੜੇ ਗਏ, ਜਿਸ ਤੋਂ ਬਾਅਦ ਪਤੀ ਦੇ ਵੱਲੋਂ ਹੁਣ ਕੈਮਰੇ ਦੇ ਅੱਗੇ ਆ ਕੇ ਖੁਲਾਸਾ ਕੀਤਾ ਗਿਆ, ਜਿਸ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਇਸ ਪਤੀ ਦੇ ਨਾਲ ਲੜਕੀ ਦੇ ਗੁਆਂਢੀਆਂ ਨੇ ਆ ਕੇ ਵੀ ਖੁਲਾਸੇ ਕੀਤੇ ਨੇ। ਨੇਹਾ ਦੇ ਪਤੀ ਨੇ ਕੈਮਰੇ ਦੇ ਸਾਹਮਣੇ ਆ ਕੇ ਦੱਸਿਆ ਕਿ ਉਸਦੀ ਲਵ ਮੈਰਿਜ ਹੋਈ ਸੀ ਤੇ ਵਿਆਹ ਨੂੰ 9 ਸਾਲ ਹੋ ਚੁੱਕੇ ਨੇ ਔਰ ਉਹਨਾਂ ਦੇ 3 ਬੱਚੇ ਵੀ ਨੇ। ਪਤੀ ਮੰਗਤ ਰਾਮ ਨੇ ਦੱਸਿਆ ਕਿ ਨੇਹਾ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਚਲੀ ਗਈ ਔਰ ਨੇਹਾ ਦੇ ਨਾਲ ਵਿਆਹ ਕਰਨ ਤੋਂ ਬਾਅਦ ਉਸਨੂੰ ਪੜ੍ਹਾਇਆ ਤੇ ਕੋਰਸ ਵੀ ਕਰਵਾਇਆ ਸੀ, ਪਰ ਉਸਦਾ ਪਰਿਵਾਰ ਉਹਨਾਂ ਦਾ ਘਰ ਨਹੀਂ ਵਸਣ ਦੇ ਰਿਹਾ। ਤਾਂ ਇਹਨੇ ਦਿਨੀ ਇਹ ਪਤੀ ਪਤਨੀ ਆਹਮੋ ਸਾਹਮਣੇ ਨੇ। ਪਤਨੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਕਿ ਉਸਦੇ ਪਤੀ ਨੇ ਭਰੇ ਬਾਜ਼ਾਰ ਦੇ ਵਿੱਚ ਉਸਦੇ ਕੱਪੜੇ ਪਾੜੇ, ਤਾਂ ਦੂਜੇ ਪਾਸੇ ਪਤੀ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਮੈਂ ਕੱਲ ਆਪਣੇ ਕੰਮ ਤੋਂ ਘਰੇ ਆਉਂਦੀ ਪਈ ਸੀ ਰਾਤ ਨੂੰ 8:30 ਵਜੇ, ਮੇਰੇ ਘਰ ਵਾਲੇ ਨੇ ਆ ਕੇ ਪਿੱਛੋਂ ਦੀ ਮੇਰੇ ਛਾਤੀ ਤੇ ਹੱਥ ਪਾ ਕੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਮਾਰ ਕੁਟਾਈ ਕਰਕੇ ਤੇ ਚਲੇ ਗਏ, ਭੱਜ ਗਏ ਸੀ। ਮੈਂ ਇੱਥੇ ਥਾਣੇ ਵਿੱਚ ਕੰਪਲੇਂਟ ਵੀ ਕਰਾਈ, ਇੱਥੇ ਕੋਈ ਕਾਰਵਾਈ ਨਹੀਂ ਕਰਦੇ ਹੋਏ, ਕਹਿੰਦੇ ਆ ਕਿ ਕੋਈ ਪਰਚਾ ਨਹੀਂ ਬਣਦਾ ਅਜੇ, ਜਦਕਿ ਮੈਨੂੰ ਇਨਸਾਫ ਚਾਹੀਦਾ ਮੇਰੇ ਨਾਲ। ਕਿੰਨੀ ਦੇਰ ਹੋ ਗਈ ਵਿਆਹ ਕਰਾਏ ਨੂੰ? ਮੈਨੂੰ 7 ਸਾਲ ਹੋ ਗਏ, ਮੇਰੇ 3 ਬੱਚੇ ਨੇ, 2 ਬੇਟੀਆਂ 1 ਬੇਟਾ। ਇਹ ਇਲਜ਼ਾਮ ਸਰਾਸਰ ਝੂਠ ਹੈ। ਜਿੱਥੇ ਵੀ ਇਹ ਵਾਰਦਾਤ ਹੋਈ ਹੈ ਉੱਥੇ ਜਾ ਕੇ ਪੁਲਿਸ ਵਾਲਿਆਂ ਨੂੰ ਇਨਕੁਆਇਰੀ ਕਰਨੀ ਚਾਹੀਦੀ ਸੀ ਕਿ ਇਹ ਵਾਰਦਾਤ ਵਾਕਈ ਹੋਈ ਸੀ। ਉੱਥੇ CCTV ਕੈਮਰੇ 'ਚ ਵਿੱਚ ਵੇਖਿਆ ਜਾਵੇ ਕਿ ਮੈਂ ਉਹਦੇ ਕੱਪੜੇ ਵਾਕਈ ਪਾੜ ਰਿਹਾ ਸੀ, ਕਿ ਮੈਂ ਉੱਥੇ ਵਾਕਈ ਉਹਨੂੰ ਹੱਥ ਪਾਇਆ ਸੀ, ਅਤੇ ਉੱਥੇ ਭਰੇ ਬਾਜ਼ਾਰ ਦੇ ਵਿੱਚ ਕੋਈ ਉਹਨੂੰ ਬਚਾਉਣ ਨਹੀਂ ਆਇਆ। ਇਸ ਦੀ ਪੂਰੀ ਤਹਿਕੀਕਾਤ ਕਰਕੇ ਫਿਰ ਪੁਲਿਸ ਪ੍ਰਸ਼ਾਸਨ ਜੋ ਵੀ ਕਾਰਵਾਈ ਕਰਦੇ ਆ ਉਹ ਸਾਨੂੰ ਮਨਜ਼ੂਰ ਹੈ। ਪਹਿਲੇ ਵੀ ਕੰਪਲੇਂਟਸ ਦਿੱਤੀ ਆ, ਉਹ ਕੰਪਲੇਂਟਾਂ ਤੋਂ ਸਾਰਿਆਂ 'ਚ ਝੂਠੀ ਪਾਈ ਗਈ ਆ। ਇਹਨੇ ਕਈ ਵਾਰੀ ਮਾਰ ਕੁਟਾਈ ਦੀ ਮੇਰੀ ਕੰਪਲੇਂਟਸ ਪਾਈ ਆ, ਜਿਸ ਦੇ ਵਿੱਚ ਪੁਲਿਸ ਨੇ ਵੈਰੀਫਿਕੇਸ਼ਨ ਕਰਕੇ ਸਾਡਾ ਪੂਰਾ ਸਾਥ ਨਿਭਾਇਆ ਔਰ ਆਪਣੀ ਡਿਊਟੀ ਨੂੰ ਵੀ ਇਮਾਨਦਾਰੀ ਨਾਲ ਕੀਤਾ, ਜਿਸ ਕਰਕੇ ਮੈਂ ਉਹਦੇ ਵਿੱਚੋਂ ਨਿਰਦੋਸ਼ ਸਾਬਿਤ ਹੋਇਆ। ਪਰ ਹੁਣ ਸੂਰੀ ਜੀ ਇਹਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾ ਰਹੇ ਨੇ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਉਹ ਦੇਖੋ ਜੀ, ਬਗੈਰ ਇਨਕੁਆਇਰੀ ਕੀਤੇ ਉਹਨਾਂ ਨੇ ਜੋ ਕੰਮ ਕੀਤਾ ਆ, ਮੈਨੂੰ ਨਹੀਂ ਪਤਾ ਕਿਸ ਲਈ ਕੀਤਾ ਅਤੇ ਕੀ ਦੁਸ਼ਮਣੀ ਮੇਰੇ ਤੋਂ ਕੱਢ ਰਹੇ ਆ, ਜਦਕਿ ਮੈਂ ਉਹਨਾਂ ਨੂੰ ਜਾਣਦਾ ਵੀ ਨਹੀਂ ਹਾਂ, ਨਾ ਮੇਰੀ ਉਹਨਾਂ ਨਾਲ ਕੋਈ ਦੁਸ਼ਮਣੀ ਆ, ਨਾ ਮੇਰੀ ਉਹਨਾਂ ਨਾਲ ਸਾਂਝ ਗਾਂਠ ਆ। ਮੈਨੂੰ ਪਤਾ ਨਹੀਂ ਉਹ ਕਿਉਂ ਉਹਦਾ ਸਾਥ ਦੇ ਰਹੇ ਆ, ਔਰ ਉਹਨਾਂ ਨੂੰ ਵੀ ਪਤਾ ਆ ਕਿ ਇਹ ਲੜਕੀ ਝੂਠੀ ਆ, ਨਹੀਂ ਭਰੋਸਾ ਅਤੇ ਉਹਨਾਂ ਦੇ ਮਹੱਲੇ 'ਚ ਉਹੀ ਜਾ ਕੇ ਇਨਕੁਆਇਰੀ ਕੀਤੀ ਜਾਵੇ ਔਰ ਜਿੱਥੇ ਵਾਰਦਾਤ ਹੋਈ ਉੱਥੋਂ ਵੀ ਇਨਕੁਆਇਰੀ ਕੀਤੀ ਜਾਵੇ ਕਿ ਇਹ ਮੁੰਡੇ ਨੇ ਵਾਕਈ ਉੱਥੇ ਜਾ ਕੇ ਉਹਦੇ ਕੱਪੜੇ ਪਾੜੇ। ਕਿੰਨੇ ਸਾਲ ਹੋ ਗਏ ਮੈਰਿਜ ਨੂੰ? ਮੇਰੇ ਮੈਰਿਜ ਨੂੰ 9 ਸਾਲ ਹੋ ਗਏ। 9 ਸਾਲ ਹੋ ਗਏ ਵੀਰੇ, ਕਿੰਨੇ ਬੱਚੇ ਆਪਣੇ? ਮੇਰੇ 3 ਬੱਚੇ ਆ। 9 ਸਾਲ ਹੋ ਗਏ ਆ, ਕਿੰਨੇ ਸਾਲ ਤੁਹਾਡੇ ਕੋਲ ਰਹੀ ਆ ਤੁਹਾਡੀ ਵਾਈਫ? ਮੇਰੇ ਕੋਲ 7-8 ਸਾਲ ਤੱਕ ਰਹੀ ਆ। ਹਾਂਜੀ, ਕਿ ਉਹ ਤੁਹਾਡਾ ਰਹਿਣਾ ਨਹੀਂ ਚਾਹੁੰਦੀ, ਤੁਹਾਡੇ 'ਤੇ ਇਲੀਗੇਸ਼ਨ ਲਗਾ ਰਹੀ ਹੈ, ਤੁਹਾਡੇ ਤੋਂ ਅਲੱਗ ਹੋ ਗਈ ਆ? ਉਹ ਮੈਨੂੰ ਕਹਿ ਰਹੀ ਆ ਕਿ ਮੈਨੂੰ ਜਿਹੜਾ ਘਰ ਆ ਮੇਰੇ ਨਾਮ 'ਤੇ ਕੀਤਾ ਜਾਵੇ, ਫਿਰ ਮੈਂ ਆਵਾਂਗੀ ਜਾਂ ਅੱਡ ਦਿੱਤਾ ਜਾਵੇ, ਮੈਂ ਅੱਡ ਕਿਰਾਏ 'ਤੇ ਜਾਣ ਨੂੰ ਤਿਆਰ ਹਾਂ ਅਤੇ ਮੈਂ ਅਜੇ ਵੀ ਇੰਨੀਆਂ ਗਲਤੀਆਂ ਉਹਦੀਆਂ ਮਾਫ਼ ਕਰਨ ਦੇ ਬਾਵਜੂਦ ਵੀ ਉਹਨੂੰ ਰੱਖਣ ਲਈ ਤਿਆਰ ਹਾਂ। ਮੈਂ ਹੋਰ ਕਹਿਣਾ ਚਾਹੁੰਦਾ, ਇਹ ਮੇਰੇ ਮਾਂ ਪਿਓ ਦੇ ਹੱਥੀ ਪੈਂਦੀ ਆ ਔਰ ਉਹਨਾਂ ਨੂੰ ਬਹੁਤ ਪਰੇਸ਼ਾਨ ਕਰਦੀ ਆ ਔਰ ਮੈਨੂੰ ਕਹਿੰਦੀ ਇਹ ਘਰ ਮੇਰੇ ਨਾਮ 'ਤੇ ਕੀਤਾ ਜਾਵੇ, ਜਿਸ ਦਾ ਕੋਈ ਮਤਲਬ ਬਣਦਾ ਨਹੀਂ। ਇਹ ਫਿਰ ਵੀ ਮੇਰੇ ਪਿੱਛੇ ਪਈ ਹੈ ਕਿ ਮੈਨੂੰ ਘਰ ਮੇਰੇ ਨਾਮ 'ਤੇ ਕਰ ਦਿੱਤਾ ਜਾਵੇ, ਮੈਂ ਇਹਦੇ ਨਾਲ ਅੱਡ ਕਿਰਾਏ 'ਤੇ ਰਹਿਣ ਨੂੰ ਤਿਆਰ ਹਾਂ। ਇਹ ਘਰ ਮੇਰੇ ਮਾਂ ਪਿਓ ਦਾ ਆ ਔਰ ਮੇਰੀ ਇਹਦੇ ਨਾਲ ਲਵ ਮੈਰਿਜ ਹੋਈ ਆ, ਇਹਨੇ ਖੁਦ ਮੇਰੇ ਨਾਲ ਲਵ ਮੈਰਿਜ ਕਰ ਕੀਤੀ ਹੈ। ਨਾਲ ਵੀ ਕੋਈ ਝਗੜਾ ਰਹਿੰਦਾ ਉਹਦਾ? ਮਾਂ ਪਿਓ ਦੇ ਉੱਤੇ ਉਹ ਹੁਕਮ ਚਲਾਉਂਦੀ ਹੈ, ਮਾਂ ਪਿਓ ਨੂੰ ਕੁਛ ਸਮਝਦੀ ਨਹੀਂ ਹੈ।
ਅਤੇ ਜਿਸ ਕਰਕੇ ਉਹ ਆਪਣੀਆਂ ਜ਼ਿਆਦੀਆਂ ਮਰਜ਼ੀਆਂ ਕਰਨ ਕਰਕੇ ਔਰ ਉਹਦੀ ਭੈਣ ਅਤੇ ਉਹਦੇ ਜੀਜੇ ਦਾ ਸਾਡੇ ਘਰ 'ਚ ਇੰਟਰਫੇਅਰ ਹੋਣ ਕਰਕੇ ਜਿਨ੍ਹਾਂ ਦੀ ਸਾਡੀ ਦੂਰੀਆਂ ਦਾ ਵਜ੍ਹਾ ਬਣੀ ਹੈ, ਜੋ ਕਿ ਉਹਦੀ ਹਿਡਨ ਸਪੋਰਟ ਉਹੀ ਕਰ ਰਹੀ ਹੈ, ਇਹਦਾ ਜੀਜਾ ਰਾਜਨ ਔਰ ਉਹਦੀ ਸਿਸਟਰ ਹੈਗੀ ਮਮਤਾ। ਹੁਣ ਇਹਨਾਂ ਨੇ ਇੰਨਾ ਕੀ ਕਰਤੂਤ ਕਰ ਦਿੱਤੀ ਹੈ ਜਿਹਦੇ ਕਰਕੇ ਮੈਨੂੰ ਆਪਣੀ ਜਾਨ ਤੋਂ ਡਰ ਹੈ, ਕਿਉਂਕਿ ਇਹਨਾਂ ਨੇ ਆਏ ਦਿਨ ਦੇ ਵਿੱਚ ਕੁਛ ਗੁੰਡੇ ਲਿਆ ਕੇ ਸਾਡੇ ਘਰ ਦੇ ਵਿੱਚ ਹਮਲਾ ਕੀਤਾ, ਜਿਸ ਦੇ ਵਿੱਚ ਇਹਦਾ ਜੀਜਾ ਰਾਜਨ ਔਰ ਇਸਦੀ ਭੈਣ ਮਮਤਾ ਔਰ ਇਸਦੀ ਮਾਂ ਊਸ਼ਾ, ਇਹਨਾਂ ਤੋਂ ਮੈਨੂੰ ਖਤਰਾ ਹੈ। ਕੱਲ੍ਹ ਨੂੰ ਮੇਰੇ ਨਾਲ ਕੋਈ ਵੀ ਅਭਿਨਵੀ ਹੁੰਦੀ ਆ ਅਤੇ ਇਸ ਦੇ ਜ਼ਿੰਮੇਵਾਰ ਇਹਨਾਂ ਦੀ ਪੂਰੀ ਟੀਮ ਹੋਏਗੀ, ਜਿਹਦੇ ਵਿੱਚ ਰਾਜਨ, ਮਮਤਾ ਔਰ ਨੇਹਾ, ਊਸ਼ਾ ਔਰ ਜਿਹੜੇ ਇਹਨਾਂ ਦੇ ਨਾਲ ਸਾਥ ਦੇ ਰਹੇ ਆ ਉਹ ਸਾਰੇ ਹੋਣਗੇ। ਪੁਲਿਸ ਪ੍ਰਸ਼ਾਸਨ ਕੋ ਕੀ ਮੰਗ ਕਰਨਾ ਚਾਹੋਗੇ? ਪੁਲਿਸ ਪ੍ਰਸ਼ਾਸਨ ਕੋ ਮੈਂ ਇਹੀ ਮੰਗ ਕਰਨਾ ਚਾਹਾਂਗਾ ਕਿ ਜੋ ਵੀ ਲੋਕ ਉਹਨੂੰ ਭੜਕਾ ਰਹੇ ਆ ਉਹਨਾਂ ਦਾ ਵਿਰੋਧ ਕੀਤਾ ਜਾਵੇ ਔਰ ਇਹਨੂੰ ਮੇਰੇ ਨਾਲ ਘਰ ਮੇਰਾ ਵਸਾਇਆ ਜਾਵੇ। ਕਿਸ ਤਰ੍ਹਾਂ ਕਦੀ ਤੁਸੀਂ ਲੜਾਈ ਝਗੜੇ ਦੇ ਦੇਖਿਆ ਕੋਈ ਇੱਥੇ ਹੁੰਦਾ ਉਸ ਕੁੜੀ ਨਾਲ, ਕੋਈ ਜਾਗਤੀ ਹੁੰਦੀ ਦੇਖੀ ਆ? ਕੋਈ ਤੇ ਦੇਖੀ ਨਹੀਂ ਆ, ਇਹ ਤਾਂ ਲੜਾਈ ਝਗੜੇ ਵਿੱਚ ਹੀ ਗੱਲਾਂ ਬਣਾ ਲੈਂਦੇ ਆ। ਜੇ 7-8 ਸਾਲ ਵਸੀ ਆ ਤੇ ਖੁਸ਼ ਸੀ ਤੇ ਤਾਂ ਹੀ ਵਸੀ ਆ, ਨਿਆਣੇ ਜੇ ਖੁਸ਼ ਸੀ ਤੇ ਨਿਆਣੇ ਹੋਏ ਆ, ਜੇ ਇਹਨੂੰ ਉਦੋਂ ਹੀ ਇਹਦੇ ਵਿੱਚ ਕੁਛ ਗਲਤੀ ਜਾਪਦੀ ਤੇ ਨਿਆਣੇ ਕੋ ਕੀਤੇ ਨੇ। ਜੀ ਵੀਰੇ ਕੀ ਨਾਮ ਆਪਣਾ? ਮੇਰਾ ਨਾਮ ਮੰਗਤ ਜੀ। ਮੰਗਤ ਵੀਰੇ ਜੀ, ਜਿਸ ਤਰ੍ਹਾਂ ਤੁਹਾਡੀ ਵਾਈਫ ਨੇ ਤੁਹਾਡੇ ਉੱਤੇ ਅਲੀਗੇਸ਼ਨ ਲਗਾਏ ਨੇ ਕਿ ਤੁਸੀਂ ਬੀਤੇ ਦਿਨੀ ਉਹਨਾਂ ਉੱਤੇ ਹਮਲਾ ਕੀਤਾ ਹੈ ਔਰ ਪਰੇ ਬਾਜ਼ਾਰ ਦੇ ਵਿੱਚ ਉਹਨਾਂ ਦੇ ਕੱਪੜੇ ਫਾੜੇ ਨੇ, ਕੀ ਕਹਿਣਾ ਚਾਹੋਗੇ ਇਸ ਗੱਲ? ਕੀ ਨਾਮ ਮੈਡਮ ਆਪਣਾ? ਮੇਰਾ ਨਾਮ ਕਿਰਨ ਆ ਜੀ। ਮੰਗਤ ਰਾਮ ਨਾਲ ਕੀ ਰਿਸ਼ਤਾ ਹੈ ਤੁਹਾਡਾ? ਮੇਰਾ ਉਹ ਛੋਟਾ ਬ੍ਰਦਰ ਆ ਜੀ। ਜਿਸ ਤਰ੍ਹਾਂ ਕਿ ਤੁਹਾਡੀ ਭਾਬੀ ਨੇਹਾ ਹੈ ਜਿਨ੍ਹਾਂ ਨੇ ਅਲੀਗੇਸ਼ਨ ਲਗਾਏ ਨੇ ਤੁਹਾਡੇ ਬ੍ਰਦਰ ਉੱਪਰ ਕਿ ਬੀਤੇ ਦਿਨੀ ਉਹਨਾਂ ਉੱਤੇ ਹਮਲਾ ਕੀਤਾ ਗਿਆ ਹੈ ਪਰ ਇਹ ਬਾਜ਼ਾਰ ਵਿੱਚ ਉਹਨਾਂ ਦੀ ਇੱਜ਼ਤ ਨੂੰ ਹੱਥ ਪਾਇਆ ਗਿਆ ਔਰ ਉਹਨਾਂ ਦੇ ਕੱਪੜੇ ਫਾੜੇ ਗਏ ਨੇ, ਕੀ ਕਹਿਣਾ ਚਾਹੋਗੇ? ਇਹ ਸਰਾਸਰ ਝੂਠ ਹੈ ਮੈਡਮ ਜੀ, ਇਹ ਕਦੀ ਵੀ ਨਹੀਂ ਹੋ ਸਕਦਾ। ਅਸੀਂ ਕੀ ਸਾਰੇ ਉਹਦੇ ਗਵਾਹ ਦਿੰਦੇ ਨੇ, ਸਾਡੇ ਮੁਹੱਲੇ 'ਚੋਂ ਵੀ, ਉਹਨਾਂ ਦੇ ਮੁਹੱਲੇ 'ਚੋਂ ਵੀ, ਖੁਦ ਉਹ ਆਪ ਆ ਕੇ ਕਹਿੰਦੇ ਪਏ ਨੇ ਅਸੀਂ ਇਹੋ ਜਿਹਾ ਮੁੰਡਾ ਨਹੀਂ ਹੈਗਾ। ਇਹ ਸਾਰੇ ਪਰੂਫ ਦੇਣ ਸਾਨੂੰ ਕਿ ਇਹ ਹਰਕਤ ਕੀਤੀ ਹੈ ਮੁੰਡੇ ਨੇ ਇਹੋ ਜਿਹੇ। ਉਹਦੀਆਂ ਖੁਦ ਆਪਣੀਆਂ ਭੈਣਾਂ ਨੇ, ਉਹਦੀਆਂ ਆਪਣੀਆਂ ਦੋ ਬੇਟੀਆਂ ਨੇ। ਇਹ ਮਾਂ ਕਿਹੋ ਜਿਹੀ ਜਦੋਂ ਬੱਚਿਆਂ ਨੂੰ ਸੁੱਤੇ ਛੱਡ ਕੇ ਸਹੁਰੇ ਪਰਿਵਾਰ ਨੂੰ ਕੁਛ ਮਿਲਾ ਕੇ ਦੇਗੀ ਸੁੱਤਿਆਂ ਨੂੰ, ਆਪਣੇ ਬੱਚੇ ਵੀ ਲੈ ਕੇ ਜਾ ਸਕਦੀ ਹੈ? ਕਿੱਦਾਂ ਦੀ ਮਾਂ ਜਿਹੜੀ ਬੱਚੇ ਹੀ ਛੱਡ ਕੇ ਚਲੇਗੀ? ਅੱਜ ਤੱਕ ਬੱਚਿਆਂ ਨਾਲ ਇਹਦਾ ਪਿਆਰ ਹੀ ਨਹੀਂ ਹੈਗਾ, ਇਹਨੇ ਕਦੀ ਪਿੱਛੇ ਮੁੜ ਕੇ ਨਹੀਂ ਵੇਖਿਆ ਕਿ ਮੇਰੇ ਬੱਚੇ ਵੀ ਹੈਗੇ ਨੇ। ਜਦੋਂ ਆਉਂਦੀ ਇਹਦੀ ਮੰਮੀ ਊਸ਼ਾ ਪੁਲਿਸ ਲੈ ਕੇ ਆਉਂਦੀ ਆ ਕਿਸੇ ਨਾ ਕਿਸੇ ਨੂੰ, ਜਾਂ ਸਾਡੇ ਘਰ ਕੋਈ ਬਦਮਾਸ਼ ਲੈ ਆਉਂਦੀ ਹੈ, ਇਹ ਕਿਉਂ ਲੈ ਕੇ ਆਉਂਦੇ ਨੇ? ਅਸੀਂ ਕਸੂਰ ਕੀ ਕੀਤਾ? ਇਹਨੂੰ ਪੜ੍ਹਾਇਆ ਲਿਖਾਇਆ, 10ਵੀਂ 11ਵੀਂ 12ਵੀਂ ਕਰਵਾਈ, ਪੁਲਿਸ ਦਾ ਕੋਰਸ ਕਰਵਾਇਆ, GNM ਦੀ ਨਰਸਿੰਗ ਕਾਲਜ ਕਰਵਾਈ, ਇਹਨੇ ਫਿਰ ਵੀ ਇਸ ਬੰਦੇ ਦੀ ਕਦਰ ਨਹੀਂ ਕੀਤੀ। ਕਿਹੜਾ ਬੰਦਾ ਕਹੇਗਾ ਕਿ ਮੇਰੀ ਜਨਾਨੀ ਦੇ ਮੈਂ ਰਸਤੇ 'ਤੇ ਤੁਰੀ ਜਾਂਦੀ ਅਤੇ ਮੈਂ ਉਹਦੀ ਇੱਜ਼ਤ ਨੂੰ ਹੱਥ ਪਾਵਾਂ? 3 ਬੱਚੇ, 7 ਸਾਲ ਉਹਦੇ ਨਾਲ ਵਿਆਹ ਨਾਲ ਰਹੀ, 9 ਸਾਲ ਉਹਦੇ ਟੋਟਲ ਵਿਆਹ ਨੂੰ ਹੋ ਗਏ ਜੇ, 8.5 ਸਾਲ ਇੱਥੇ ਰਹੀ ਆ, ਹੁਣ ਜਾ ਕੇ ਉਹਨੇ 3 ਬੱਚਿਆਂ ਤੋਂ ਬਾਅਦ ਇਹਦੀ ਇੱਜ਼ਤ 'ਚ ਲੁੱਟਣੀ ਸੀ? ਇਹ ਸਰਾਸਰ ਝੂਠ ਹੈ। ਇਹ ਮੇਰੇ ਮਾਂ ਪਿਓ ਨੂੰ ਵੀ ਤੰਗ ਪਰੇਸ਼ਾਨ ਕਰਦੀ, ਉਹਨਾਂ ਨੂੰ ਵੀ ਕੁੱਟਦੀ ਮਾਰਦੀ ਆ ਰਸੋਈ 'ਚ ਸਾਰਾ ਦਿਨ ਇਹਦੇ। ਮੇਰੇ ਪਾਪਾ ਸਾਰਾ ਦਿਨ ਇਹਦੇ ਨਾਲ ਹੱਟ ਬਤਾਉਂਦੇ, ਕਦੀ ਆਟਾ ਗੁੰਨਦੇ। ਇੱਕ ਲੜਕੀ ਆ ਨੇਹਾ ਨਾਂ ਦੀ, ਇਹ ਕੋਟ ਖਾਲਸਾ 'ਚ ਵਿਆਹੀ ਹੋਈ ਆ 7 ਸਾਲ ਤੋਂ।
2 ਸਾਲ ਇਹਦੇ ਜਿਹੜੇ ਘਰ ਵਾਲੇ ਨਾਲ ਅਣਬਣ ਹੋਈ ਆ, ਮਤਲਬ ਇਹਨਾਂ ਦਾ ਕੋਰਟ 'ਚ ਕੇਸ ਚੱਲ ਰਿਹਾ। ਇਸਦੇ 3 ਬੱਚੇ ਹਨ, 2 ਲੜਕੀਆਂ, 1 ਲੜਕਾ ਹੈ, ਛੋਟੇ ਛੋਟੇ ਬੱਚੇ 3 ਹੀ। ਅੱਜ ਇਹਦੇ ਘਰ ਵਾਲਾ ਇਹਦੇ ਘਰ ਆ ਕੇ ਇਹਨੂੰ ਕੁੱਟਮਾਰ ਕਰਕੇ ਗਿਆ, ਇਹਦਾ ਮੈਡੀਕਲ ਕਰਵਾਇਆ, ਬਾਕੀ ਰਿਜ਼ਲਟ ਆਉਣਾ ਬਾਕੀ ਆ, ਜੋ ਰਿਜ਼ਲਟ ਆਏਗਾ ਕਾਰਵਾਈ ਕੀਤੀ ਜਾਵੇ। ਸਰ, ਲੜਕੀ ਦੇ ਬਿਆਨ ਹੈ ਕਿ ਮੈਂ ਉਹ ਕਹਿ ਰਹੀ ਹਾਂ ਮੇਰੇ ਸਕੂਲ ਪਾੜੇ ਜਾਂਦੇ, ਸਾਰਾ ਕੁਝ ਆ ਕੇ ਬਿਆਰ ਦੇ ਵਿੱਚ ਗਲੀ ਦੇ ਵਿੱਚ ਆ ਕੇ ਸਾਰਾ ਨੰਗਾ ਕੀਤਾ ਜਾਂਦਾ, ਕੀ ਕਾਰਵਾਈ ਕਰਾਂਗੇ? ਬਾਕੀ ਗੱਲ ਅਫਸਰਾਂ ਦੇ ਨੌਲੇਜ 'ਚ ਲਿਆਵਾਂਗੇ, ਸਾਰੀ ਗੱਲ ਕਾਰਵਾਈ ਕਰਾਂਗੇ, ਜੋ ਵੀ ਕੁਝ ਹੋਇਆ ਉਹ ਕਰਾਂਗੇ। ਪਰਚਾ ਦਰਜ ਅੱਜ ਦਰਖਾਸਤ ਆਈ ਆ ਸਾਡੇ ਕੋਲ, ਤੋ ਪਰਚਾ ਦਰਜ ਕਰਕੇ ਆਪਾਂ ਜਿਹੜਾ ਇਹਨਾਂ ਦਾ ਮਾਮਲਾ ਜਿਹੜਾ ਆਪਾਂ ਜਿਹੜਾ ਕਾਰਵਾਈ ਜਿਹੜੀ ਲਿਆਂਦੀ ਆ ਉਹ ਵੀ ਕਾਰਵਾਈ 'ਚ ਕੋਰਟ 'ਚ ਇਹਨਾਂ ਦਾ ਕੋਰਟ 'ਚ ਚੱਲ ਰਿਹਾ। ਇਹਦੇ ਘਰ ਵਾਲਾ ਕੋਰਟ ਖਾਲਸਾ ਦਾ ਰਹਿਣ ਵਾਲਾ, ਜਿਸਦਾ ਨਾਂ ਕੀ ਦੱਸਿਆ ਜੀ? ਜਿਹਦਾ ਨਾਂ ਮੰਗਤ ਰਾਮ ਹੈ, ਸਨ ਆਫ ਸ਼ਾਮ ਸ਼ਾਮਲਾਲ।